ਇੱਕ ਭਿਆਨਕ ਸੜਕੀ ਹਾਦਸੇ ਦੇ ਵਿੱਚ ਗੁਰੂ ਘਰ ਦੇ ਹੈੱਡ ਗ੍ਰੰਥੀ ਦੀ ਦਰਦਨਾਕ ਮੌਤ ਹੋਈ। ਦੱਸਦੇ ਕਿ ਪਾਠ ਕਰਕੇ ਆਪਣੇ ਘਰ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਅਵਾਰਾ ਪਸ਼ੂ ਦੇ ਨਾਲ ਬਾਈਕ ਦੀ ਜ਼ੋਰਦਾਰ ਟੱਕਰ ਹੋਈ। ਮੌਕੇ ਤੇ ਹੀ ਹੈੱਡ ਗ੍ਰੰਥੀ ਮਨਜੀਤ ਸਿੰਘ ਦੀ ਜਾਨ ਚਲੀ ਗਈ। ਅੰਬੋਹਰ ਦੇ ਪਿੰਡ ਕੱਲਰ ਖੇੜਾ ਦੇ ਵਿੱਚ ਇਹ ਹਾਦਸਾ ਹੋਇਆ। ਮ੍ਰਿਤਕ ਹੈੱਡ ਗ੍ਰੰਥੀ ਦੇ ਦੋ ਬੱਚੇ ਨੇ। ਇਸ ਮਾਰਗ ਤੇ ਇੱਕ ਮਹੀਨੇ ਦੇ ਵਿੱਚ ਇਹ ਚੌਥੀ ਮੌਤ ਹੈ। ਪਿੰਡ ਉਸਮਾਨ ਖੇੜਾ ਦਾ ਮਨਜੀਤ ਸਿੰਘ ਗੁਰੂ ਘਰ ਦੇ ਵਿੱਚ ਹੈੱਡ ਗ੍ਰੰਥੀ ਸੀ। ਰਾਤ ਵੇਲੇ ਬਾਈਕ ਤੇ ਗੁਰੂ ਘਰ ਦੇ ਵਿੱਚ ਪਾਠ ਕਰਕੇ ਵਾਪਸ ਆਪਣੇ ਪਿੰਡ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਅਵਾਰਾ ਪਸ਼ੂ ਆਇਆ, ਬਾਈਕ ਦੇ ਨਾਲ ਜ਼ੋਰਦਾਰ ਟੱਕਰ ਹੋਈ ਔਰ ਇੱਕਦਮ ਜ਼ਮੀਨ ਤੇ ਡਿੱਗ ਪਿਆ। ਮੌਕੇ ਤੇ ਹੀ ਉਸਦੀ ਮੌਤ ਹੋ ਗਈ। ਆਲੇ ਦੁਆਲੇ ਦੇ ਲੋਕਾਂ ਨੇ ਮਨਜੀਤ ਸਿੰਘ ਨੂੰ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉੱਥੇ ਹੀ ਸੂਚਨਾ ਮਿਲਦੇ ਹੀ ਪਰਿਵਾਰ ਹਸਪੀਟਲ ਦੇ ਵਿੱਚ ਪਹੁੰਚ ਗਿਆ। ਰੋ ਰੋ ਕੇ ਉਹਨਾਂ ਦਾ ਬੁਰਾ ਹਾਲ ਹੈ। ਤਾਂ ਸੜਕੀ ਹਾਦਸੇ ਦੇ ਵਿੱਚ ਹੈੱਡ ਗ੍ਰੰਥੀ ਦੀ ਦਰਦਨਾਕ ਮੌਤ ਹੋਈ ਹੈ। ਅਵਾਰਾ ਪਸ਼ੂ ਦੇ ਨਾਲ ਇਹ ਦਰਦਨਾਕ ਭਾਣਾ ਵਾਪਰ ਗਿਆ। ਧਾਹਾਂ ਮਾਰ ਮਾਰ ਕੇ ਸਾਰਾ ਪਰਿਵਾਰ ਰੋ ਰਿਹਾ। ਦੋ ਬੱਚੇ ਸਨ ਇਸ ਹੈੱਡ ਗ੍ਰੰਥੀ ਦੇ, ਤਾਂ ਹੁਣ ਗੁਰੂ ਘਰ ਦੇ ਵਿੱਚ ਪਾਠ ਕਰਕੇ ਵਾਪਸ ਆਪਣੇ ਪਿੰਡ ਜਾ ਰਿਹਾ ਸੀ। ਰਸਤੇ ਦੇ ਵਿੱਚ ਬਾਈਕ ਦੇ ਅੱਗੇ ਇੱਕ ਅਵਾਰਾ ਪਸ਼ੂ ਆਇਆ, ਜਿਸ ਦੇ ਨਾਲ ਜ਼ਬਰਦਸਤ ਟੱਕਰ ਹੋਈ। ਮੌਕੇ ਤੇ ਹੀ ਗੁਰੂ ਘਰ ਦੇ ਹੈੱਡ ਗ੍ਰੰਥੀ ਮਨਜੀਤ ਸਿੰਘ ਦੀ ਮੌਤ ਹੋ ਗਈ। ਇਸ ਮਾਰਗ ਤੇ ਇੱਕ ਮਹੀਨੇ ਦੇ ਵਿੱਚ ਇਹ ਚੌਥੀ ਦੁਰਘਟਨਾ ਹੈ, ਚੌਥੀ ਮੌਤ ਹੈ। ਲੋਕਾਂ ਦੇ ਵੱਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਇਹਨਾਂ ਅਵਾਰਾ ਪਸ਼ੂਆਂ ਦਾ ਕੋਈ ਨਾ ਕੋਈ ਹੱਲ ਜ਼ਰੂਰ ਕੱਢਿਆ ਜਾਵੇ ਤਾਂ ਜੋ ਦੁਰਘਟਨਾਵਾਂ ਤੇ ਲਗਾਮ ਪਾਈ ਜਾ ਸਕੇ। ਇਹ ਮਨਜੀਤ ਸਿੰਘ ਸਾਨੂੰ ਮਹਿੰਦਰ ਸਿੰਘ ਉਸਮਾਨ ਖੇੜੇ ਦਾ ਰਹਿਣ ਵਾਲਾ ਸੀ, 45 ਸਾਲ ਉਮਰ ਹੈ। ਉਹ ਦੱਸਿਆ ਜਾ ਰਿਹਾ ਹੈ ਉਸਮਾਨ ਖੇੜੇ ਦਾ ਗੁਰਦੁਆਰੇ ਦਾ ਪਾਠੀ ਸਾਹਿਬ ਸੀ। ਇਹਨਾਂ ਦੇ ਸਿਰ 'ਤੇ ਹੀ ਚੋਟ ਲੱਗ ਰਹੀ ਹੈ, ਇੰਟਰਨਲ ਤਾਂ ਕੋਈ ਵੀ ਨਹੀਂ ਹੈ, ਸਾਡੇ ਕੋਲ ਰੋਟਡ ਆਇਆ। ਸਾਡੇ ਕੋਲ ਜਦੋਂ ਆਇਆ ਉਸ ਤੋਂ ਪਹਿਲਾਂ ਇਹਨਾਂ ਦੀ ਮੌਤ ਹੋ ਚੁੱਕੀ ਸੀ। ਮੇਰਾ ਆਪਦਾ ਇੱਕ ਦੋਸਤ ਦੀ ਪਹਿਲਾਂ ਕੁਛ ਦਿਨ ਪਹਿਲਾਂ ਹੀ ਡੈਥ ਹੋਈ ਹੈ ਜੀ, ਅਵਾਰਾ ਪਸ਼ੂ ਦੇ ਵਿੱਚ ਵੱਜਣ ਕਰਕੇ।